ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਵਿਨੀਪੈਗ ਸ਼ਹਿਰ ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਭਿੰਡਰ ਖੁਰਦ ਦੇ ਇੱਕ ਨੌਜਵਾਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ਦਾ ਭੇਦ ਭਰੇ ਹਾਲਾਤਾਂ 'ਚ ਕਤਲ ਹੋਣ ਦਾ ਦੁੱਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬਲਵੀਰ ਸਿੰਘ 45 ਸਾਲ ਪੁੱਤਰ ਬਲਵੰਤ ਸਿੰਘ ਵਾਸੀ ਭਿੰਡਰ ਖੁਰਦ ਮੋਗਾ 2010 ਵਿੱਚ ਰੋਜ਼ੀ ਰੋਟੀ ਲਈ ਆਪਣੇ ਪਰਿਵਾਰ ਸਮੇਤ ਕੈਨੇਡਾ ਦੇ ਸ਼ਹਿਰ ਵਿਨੀਪੈਗ ਵਿਖੇ ਗਿਆ ਸੀ ਅਤੇ ਉੱਥੇ ਟੈਕਸੀ ਚਲਾ ਕੇ ਆਪਣਾ ਜੀਵਨ ਬਸਰ ਕਰ ਰਿਹਾ ਸੀ। ਪਰਿਵਾਰਕ ਮੈਂਬਰ ਅਨੁਸਾਰ ਬੀਤੇ ਕੱਲ੍ਹ ਜਦ ਉਹ ਸਵੇਰ ਸਮੇਂ ਟੈਕਸੀ ਲੈ ਕੇ ਗਿਆ ਤਾਂ ਕੁਝ ਅਣਪਛਾਤੇ ਵਿਅਕਤੀ ਉਸਦੀ ਟੈਕਸੀ ਵਿੱਚ ਸਵਾਰ ਹੋ ਗਏ ਅਤੇ ਉਕਤ ਟੈਕਸੀ ਸਵਾਰਾਂ ਨੇ ਉਸ 'ਤੇ ਅਣਚੇਤ ਜਾਨਲੇਵਾ ਹਮਲਾ ਕਰ ਦਿੱਤਾ। ਮੇਰੇ ਚਾਚਾ ਜੀ ਸੀਗੇ, ਕਿਸ ਤਰ੍ਹਾਂ ਇਹ ਘਟਨਾ ਵਾਪਰੀ ਇਹਦੇ ਬਾਰੇ ਦੀ ਜਾਣਕਾਰੀ? ਮੇਰੇ ਚਾਚਾ ਜੀ 2010 ਤੋਂ ਕੈਨੇਡਾ 'ਚ PR ਸਿਸਟਮ 'ਤੇ ਗਏ ਹੋਏ ਸੀਗੇ। 10 ਸਾਲ ਹੋ ਗਏ ਸੀ ਉਹਨਾਂ ਨੂੰ ਬਾਹਰ ਗਿਆ ਨੂੰ। ਉਹ 10 ਸਾਲਾਂ ਤੋਂ ਟੈਕਸੀ ਚਲਾ ਰਹੇ ਸੀ ਸ਼ਹਿਰ ਦੇ ਵਿੱਚ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ 5 ਵਜੇ ਟੈਕਸੀ 'ਤੇ 12 ਘੰਟੇ ਦੀ ਸ਼ਿਫਟ ਹੁੰਦੀ ਹੈ ਕੰਮ 'ਤੇ ਗਏ ਸੀ। ਹਲੇ ਪਹਿਲਾਂ ਹੀ ਕਸਟਮਰ ਉਹਨਾਂ ਨੇ ਚੱਕਿਆ ਸੀ 5 ਵਜੇ, ਜਿਨ੍ਹਾਂ ਨਾਲ ਮੈਸ ਹੈਪਨ ਹੋ ਗਿਆ। ਗੱਡੀ ਵੀ 3 ਕੁ ਮਿੰਟ ਹੀ ਹਲੇ ਗਈ ਸੀ ਅੱਗੇ ਦੂਰ, ਅਤੇ ਗੱਡੀ ਦੇ ਵਿੱਚ ਉਹ ਬਟਨ ਲੱਗਿਆ ਹੁੰਦਾ ਜਿਹਦੇ ਨਾਲ ਗੱਡੀ ਦੀ ਕੰਪਨੀ ਨੂੰ ਫੋਨ ਚਲਾ ਜਾਂਦਾ ਅਤੇ ਉਹਨਾਂ ਨੇ ਆ ਕੇ ਚੱਕਿਆ ਚਾਚਾ ਜੀ ਨੂੰ। ਅਤੇ ਬਾਅਦ 'ਚੋਂ ਪੁਲਿਸ ਦੇ ਥਰੂ ਜੀ ਉੱਥੋਂ ਦੇ ਪਰਿਵਾਰ ਨੂੰ ਪਤਾ ਲੱਗਾ ਵੀ ਤੁਹਾਡੇ ਪਰਿਵਾਰ ਨਾਲ ਇਹ ਮਿਸ ਹੈਪਨ ਹੋ ਗਿਆ। ਕੌਣ ਬੰਦੇ ਸੀ ਪਤਾ ਲੱਗਿਆ? ਬੰਦਿਆਂ ਦਾ ਹਲੇ ਉਸ ਤੋਂ ਬਾਅਦ ਉਹਨਾਂ ਨਾਲ ਕੋਈ ਪੁਲਿਸ ਨਾਲ ਗੱਲ ਹੋਈ ਨਹੀਂ, ਉਹ ਕਹਿੰਦੇ ਪੋਸਟਮਾਰਟਮ ਤੋਂ ਬਾਅਦ ਹੀ ਤੁਹਾਨੂੰ ਕੋਈ ਐਗਜੈਕਟ ਰਿਪੋਰਟ ਦੱਸਾਂਗੇ। ਕਿੰਨੇ ਪਰਿਵਾਰ ਦੇ ਮੈਂਬਰ ਸੀ? 5 ਮੈਂਬਰ ਸੀ ਸਾਡੇ, 3 ਉਹਨਾਂ ਦੇ ਬੱਚੇ ਸੀਗੇ, 2 ਗੁੱਡੀਆਂ ਸੀਗੇ, ਇੱਕ ਛੋਟਾ ਬੱਚਾ ਸੀਗਾ, ਉਹ ਬੱਚਾ 18 ਸਾਲ ਦਾ ਮੁੰਡਾ ਉਹਨਾਂ ਦਾ। ਉੱਧਰ ਹੀ ਰਹਿਣ ਕੇ ਇੱਥੇ ਰਹੇ? ਉਹ ਸਾਰੇ ਪੱਕੇ ਤੌਰ 'ਤੇ ਫੈਮਿਲੀ ਉੱਥੇ ਰਹਿ ਰਹੀ ਹੈ, ਸਿਟੀਜ਼ਨ ਉੱਧਰਲੇ। ਬਹੁਤ ਕਦੋਂ ਪਤਾ ਲੱਗਾ? ਸਾਨੂੰ ਸੁਬਹਾ 5 ਵਜੇ ਜਦੋਂ ਪਤਾ ਲੱਗਾ ਜੀ, ਉੱਥੋਂ ਫੇਸਬੁੱਕ 'ਤੇ ਫੋਟੋਆਂ ਆਈਆਂ ਹੋਈਆਂ ਸੀਗੀਆਂ ਅਤੇ ਉਦੋਂ ਪਤਾ ਲੱਗਾ। ਜਦੋਂ ਅਸੀਂ ਫੋਨ ਪਰਿਵਾਰ ਨਾਲ ਰਾਬਤਾ ਕੀਤਾ ਤਾਂ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਕਿਸੇ 'ਤੇ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ। ਸ਼ੰਕਾ ਤਾਂ ਇਹੀ ਆ ਵੀ ਪਰਿਵਾਰ ਵੀ ਆਪਦੀ ਬੈਟਰ ਫਿਊਚਰ ਵਾਸਤੇ ਬਾਹਰ ਗਿਆ ਸੀਗਾ, ਵੀ ਉੱਥੇ ਹਾਲਾਤ ਬਹੁਤ ਵਧੀਆ ਵਾ, ਇੱਥੋਂ ਦੇ ਹਾਲਾਤਾਂ ਨਾਲੋਂ ਬਾਅਦ ਬਹੁਤ ਚੰਗੇ ਆ, ਪਰ ਉੱਥੇ ਵੀ ਜਿਹੜੇ ਸਾਡੇ ਪਰਿਵਾਰ ਨਾਲ ਭਾਣਾ ਵਰਤਿਆ ਵੀ ਸਾਨੂੰ ਕੋਈ ਫਰਕ ਨਹੀਂ ਲੱਗਾ ਹਾਲਾਤਾਂ ਦੇ ਵਿੱਚ। ਕੀ ਮੰਗ ਕੀ ਕਰਦੇ ਹੋ ਸਰਕਾਰ ਤੋਂ? ਮੰਗ ਇਹੀ ਕਰਦੇ ਵੀ ਸਾਡੇ ਪਰਿਵਾਰ ਦਾ ਖਿਆਲ ਰੱਖਿਆ ਜਾਵੇ ਅਤੇ ਜਿਹੜੇ ਉੱਥੇ ਸਾਡੇ ਹੋਰ ਭੈਣ ਭਾਈ ਰਹਿ ਰਹੇ ਆ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ ਤਾਂ ਇਹੋ ਜਿਹੀ ਦੁਬਾਰਾ ਨਾ ਮਿਸ ਹੈਪਨ ਹੋਣ। ਕਿਸੇ ਨਾਲ ਕੋਈ ਨਿੱਜੀ ਕੋਈ ਦੁਸ਼ਮਣੀ ਵਗੈਰਾ ਤਾਂ ਨਹੀਂ ਸੀ? ਕਿਸੇ ਨਾਲ ਕੋਈ ਨਿੰਜੀ ਨਹੀਂ, ਪੂਰਾ ਮਿਲ ਵਰਤਣ ਵਾਲਾ ਬੰਦਾ ਸੀਗਾ ਇਹ ਸਾਰਿਆਂ ਦੇ ਨਾਲ। ਜੀ, ਰੋਜ਼ੀ ਰੋਟੀ ਖਾਤਰ ਹੀ ਉੱਧਰ ਗਿਆ? ਰੋਜ਼ੀ ਰੋਟੀ ਖਾਤਰ ਪਰਿਵਾਰ ਗਿਆ ਸੀ, ਮਿਹਨਤੀ ਪਰਿਵਾਰ ਸੀਗਾ ਇਹ। ਕੀ ਨਾਂ ਕੀ ਤੁਹਾਡਾ? ਮੇਰਾ ਨਾਂ ਸੁਖਵਿੰਦਰ ਸਿੰਘ ਹੈ ਜੀ। ਸੁਖਵਿੰਦਰ ਜੀ, ਜਿਹੜੀ ਉੱਥੇ ਮੌਤ ਹੋਈ, ਕਿਸ ਤਰ੍ਹਾਂ ਹੋਈ, ਇਹਦੇ ਬਾਰੇ ਦਿਓ ਜਾਣਕਾਰੀ। ਇਹਦੇ ਬਾਰੇ ਸਾਨੂੰ ਸੁਬਹਾ ਪਤਾ ਲੱਗਿਆ, ਸਾਡਾ ਪਰਿਵਾਰ ਦਾ ਮੈਂਬਰ ਇਹ ਉੱਥੇ ਰੋਜ਼ੀ ਰੋਟੀ ਦੀ ਖਾਤਰ ਗਿਆ ਸੀ। ਬਹੁਤ ਮਿਹਨਤੀ ਪਰਿਵਾਰ ਸੀ ਜੀ, ਕਿਸੇ ਨਾਲ ਕੋਈ ਰਾਂਝਸ ਵਗੈਰਾ ਇਹਨਾਂ ਦਾ ਨਹੀਂ ਸੀਗਾ। ਅਤੇ ਸੁਬਹਾ 5 ਵਜੇ ਗਏ ਆ ਟੈਕਸੀ 'ਤੇ ਜੀ, 3 ਕੁ ਮਿੰਟ ਟੈਕਸੀ ਚੱਲੀ ਹੈ ਜੀ। ਸਾਨੂੰ ਜਿੰਨਾ ਕੁ ਪਤਾ ਲੱਗਿਆ ਵੀ ਜਿਹੜੇ ਬੰਦੇ ਨਾਲ ਗਏ ਹੈ ਉਹਨਾਂ ਬੰਦਿਆਂ ਨੇ ਇਹਨਾਂ ਦੇ ਮਰਡਰ ਕਰਤਾ ਜੀ। ਕਿੰਨੀਆਂ ਗੋਲੀਆਂ ਜੀ? ਇਹਦੇ ਬਾਰੇ ਹਜੇ ਸਾਨੂੰ ਕੋਈ ਕਲੀਅਰ ਨਹੀਂ ਜੀ ਵੀ ਕਿੰਨੀਆਂ ਮਾਰ। ਕਿੰਨਾ ਚਿਰ ਹੋ ਗਿਆ ਸੀ ਉੱਧਰ ਗਿਆ? ਇਹਨਾਂ ਨੂੰ 10 ਸਾਲ ਹੋ ਗਏ ਸੀ ਜੀ ਉੱਥੇ। ਇਹਨਾਂ ਦੇ 3 ਬੱਚੇ ਹੈ ਜੀ। ਅਸੀਂ ਮੰਗ ਕਰਦੇ ਹਾਂ ਉੱਥੋਂ ਦੀ ਸਰਕਾਰ ਤੋਂ ਜੀ ਵੀ ਸਾਡੇ ਬੰਦਿਆਂ ਨੂੰ, ਜਿਹੜੇ ਦੋਸ਼ੀ ਹੈ ਉਹਨਾਂ ਨੂੰ ਸਜ਼ਾ ਵੀ ਮਿਲੇ ਅਤੇ ਜਿਹੜੇ ਸਾਡੇ ਪਰਿਵਾਰ ਦੇ ਮੈਂਬਰ ਆ ਉਹਨਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ ਜੀ। ਸਰਕਾਰ ਤੋਂ ਕੀ ਮੰਗ ਕਰਦੇ ਆ ਇੱਧਰਲੀ ਸਰਕਾਰ? ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਜਿਹੜਾ ਸਾਡਾ ਉੱਥੇ ਪਰਿਵਾਰ ਹੈ ਜੀ
ਉਹਨਾਂ ਨੂੰ ਮਦਦ ਦਿੱਤੀ ਜਾਏ, ਸੁਰੱਖਿਆ ਰੱਖੀ ਜਾਏ ਉਹਨਾਂ ਦੀ। ਸਰਪੰਚ ਸਾਹਿਬ ਉੱਧਰ ਬਲਵੀਰ ਸਿੰਘ ਦੀ ਮੌਤ ਹੋਈ, ਕਿਸ ਤਰ੍ਹਾਂ ਹੋਈ ਜੀ, ਇਹਦੇ ਬਾਰੇ ਜੋ ਜਾਣਕਾਰੀ ਅਤੇ ਅੱਗੇ ਕੀ ਮੰਗ ਕੀ ਕਰਦੇ? ਬਲਵੀਰ ਸਿੰਘ ਨੂੰ ਜੀ ਇੱਥੋਂ ਗਏ ਨੂੰ ਤਕਰੀਬਨ 10 ਸਾਲ ਹੋਏ ਸੀਗੇ, ਅਤੇ ਪਰਿਵਾਰ ਸਮੇਤ ਗਿਆ ਸੀਗਾ। ਉੱਥੇ ਆਪਦਾ ਟੈਕਸੀ ਚਲਾਉਂਦਾ ਸੀ, ਉੱਥੇ ਸੁਬਾਹ ਇਹਨੇ ਟੈਕਸੀ ਲੈ ਕੇ ਪਹਿਲਾਂ ਹੀ ਗੇੜਾ ਲੈ ਕੇ ਚੱਲਿਆ ਸੀ, ਅਤੇ ਇਹਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਉੱਥੇ ਇਹਦੇ ਨਾਲ ਗੋਲੀ ਗਾਲੀ ਮਾਰ ਕੇ ਇਹਦੀ ਹੱਤਿਆ ਕਰ ਦਿੱਤੀ ਹੈ। ਇਹ ਬਹੁਤ ਮਾੜੀ ਘਟਨਾ ਹੈ। ਅਸੀਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਵੀ ਇੱਥੋਂ ਵੀ ਰੋਜ਼ੀ ਰੋਟੀ ਕਮਾਉਣ ਲਈ ਜਿਹੜੇ ਬਾਹਰ ਜਾਂਦੇ ਆ, ਉੱਥੇ ਜਾ ਕੇ ਵੀ ਇਹੋ ਜਿਹੀਆਂ ਘਟਨਾ ਵਾਪਰਦੀਆਂ, ਇਹ ਮੰਦਭਾਗੀਆਂ ਘਟਨਾ ਹੈ। ਅਸੀਂ ਅਪੀਲ ਕਰਦੇ, ਸਰਕਾਰਾਂ ਤੋਂ ਮੰਗ ਕਰਦੇ ਹਾਂ ਵੀ ਇਹੋ ਜਿਹੀਆਂ ਘਟਨਾ ਕਦੇ ਨਾ ਵਾਪਰਨ ਅਤੇ ਪਰਿਵਾਰਾਂ ਨੂੰ ਇਨਸਾਫ ਮਿਲੇ, ਅਤੇ ਬਲਤਾ ਇਹੋ ਜਿਹੀ ਘਟਨਾ ਵਾਪਰ ਹੀ ਨਾ, ਸਰਕਾਰ ਇਹੋ ਜਿਹੇ ਇੰਤਜ਼ਾਮ ਕਰੇ। ਅਤੇ ਸਾਡਾ ਬਹੁਤ ਹੀ ਪਿਆਰਾ ਵੀਰ ਸੀਗਾ ਇਹ, ਜਿਹੜਾ ਸਦਾ ਲਈ ਵਿਛੜ ਗਿਆ, ਅਤੇ ਬਹੁਤ ਘਾਟਾ ਪਿਆ ਪਰਿਵਾਰ ਨੂੰ, ਮੰਦਭਾਗੀ ਘਟਨਾ ਸਾਡੇ ਲਈ। ਇਹ ਬਹੁਤ ਵਧੀਆ ਖਿਡਾਰੀ ਵੀ ਸੀ ਕਬੱਡੀ ਦਾ, ਅਤੇ ਇੱਥੇ ਵੀ ਵਧੀਆ ਸੀ, ਅਤੇ ਪਰਿਵਾਰ ਵੀ ਬਹੁਤ ਵਧੀਆ ਹੈ, ਅਤੇ ਬਹੁਤ ਮੰਦਭਾਗੀ ਘਟਨਾ। ਅਸੀਂ ਤਾਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਵਿਛੜੀ ਰੂਹ ਨੂੰ ਆਪਦੇ ਚਰਨਾਂ 'ਚ ਨਿਵਾਸ ਬਖਸ਼ੇ। ਅਤੇ ਸਰਕਾਰਾਂ ਤੋਂ ਮੰਗ ਇਹੀ ਹੈ, ਦੁਬਾਰਾ ਅਸੀਂ ਫਿਰ ਕਹਿੰਦੇ ਹਾਂ ਵੀ ਇਹ ਜਿਹੜੀਆਂ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ, ਅਤੇ ਪਰਿਵਾਰਾਂ ਨੂੰ ਬਹੁਤ ਸਹਿਣ ਵੀ ਇਹ ਘਟਨਾ ਜਿਹੜੀ ਹੈ ਦੁੱਖ ਹੁੰਦਾ ਇਹ ਚੀਜ਼ ਦਾ। ਇੱਥੋਂ ਪਰਿਵਾਰ ਗਏ ਉੱਥੇ ਕਮਾਈ ਕਰਨ ਵਾਸਤੇ, ਅਤੇ ਬੱਚਿਆਂ ਦਾ ਵੀ ਮਗਰ ਛੋਟੇ ਛੋਟੇ ਬੱਚੇ, 3 ਬੱਚੇ ਦੇ, ਅਤੇ ਬਹੁਤ ਮੰਦਭਾਗੀ ਘਟਨਾ ਇਹਦਾ।